ਹਾਂਜੀ ਵੀਡੀਓ ਨੂੰ ਲਾਈਕ ਕਰੋ ਤੇ ਲਵ ਫੋਰ ਐਵਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਜੇ ਤੁਸੀਂ ਲਵ ਫੋਰ ਐਵਰ ਚੈਨਲ ਤੋਂ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਬੈਲ ਵਾਲੇ ਆਈਕਨ ਤੇ ਕਲਿੱਕ ਕਰ ਦਿਓ। ਸਤਿ ਸ਼੍ਰੀ ਅਕਾਲ ਦੋਸਤੋ, ਲਵ ਫੋਰ ਐਵਰ ਚੈਨਲ ਤੁਹਾਡਾ ਸਵਾਗਤ ਕਰਦਾ ਹੈ। ਦੋਸਤੋ, ਅੱਜ ਆਪਾਂ ਤੁਹਾਨੂੰ ਇੱਕ ਅਜਿਹਾ ਸਕੂਲ ਦੱਸਣ ਜਾ ਰਹੇ ਹਾਂ ਜਿੱਥੇ ਨਰਸਰੀ ਕਲਾਸ ਦੇ ਬੱਚਿਆਂ ਨੂੰ ਪਾਉਣੀ ਪੈਂਦੀ ਹੈ 50,000 ਰੁਪਏ ਦੀ ਵਰਦੀ। ਜੀ ਹਾਂ ਦੋਸਤੋ, ਜਪਾਨ ਦੇ ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈ ਲਈ ਜ਼ਿਆਦਾ ਫੀਸਾਂ ਨੂੰ ਲੈ ਕੇ ਜਿੱਥੇ ਉਹਨਾਂ ਦੇ ਮਾਪੇ ਪਹਿਲਾਂ ਹੀ ਫੀਸਾਂ ਨੂੰ ਲੈ ਕੇ ਸਕੂਲ ਦੀ ਨਿੰਦਾ ਕਰ ਰਹੇ ਹਨ, ਤਾਂ ਉੱਥੋਂ ਦੇ ਹੁਣ ਟੋਕੀਓ ਦੇ ਇੱਕ ਪਬਲਿਕ ਸਕੂਲ ਵੱਲੋਂ ਸਕੂਲ ਯੂਨੀਫਾਰਮ ਬਦਲੇ ਜਾਣ ਨੂੰ ਲੈ ਕੇ ਮਾਪਿਆਂ ਦੀ ਪਰੇਸ਼ਾਨੀ ਹੋਰ ਵੱਧ ਗਈ ਹੈ। ਟੋਕੀਓ ਪਬਲਿਕ ਸਕੂਲ ਦੇ ਨਰਸਰੀ ਕਲਾਸ ਦੇ ਵਿਦਿਆਰਥੀਆਂ ਦੀ ਵਰਦੀ 'ਚ ਬਦਲਾਅ ਕੀਤਾ ਹੈ, ਜਿਸ 'ਚ ਪੁਰਾਣੀ ਵਰਦੀ ਦੀ ਥਾਂ ਹੁਣ ਜਿਓਰਜੀਓ ਰਮਾਨੀ ਨਾਂ ਦੇ ਵੱਡੇ ਬ੍ਰਾਂਡ ਤੋਂ ਸਕੂਲ ਦੀ ਵਰਦੀ ਲੈਣ ਦਾ ਐਲਾਨ ਕੀਤਾ ਹੈ। ਰਮਾਨੀ ਵੱਲੋਂ ਇਸ ਸਕੂਲ ਦੀ ਨਵੀਂ ਵਰਦੀ $730 ਕਰੀਬ 50,000 ਰੁਪਏ 'ਚ ਤਿਆਰ ਕੀਤੀ ਜਾਵੇਗੀ। ਸਕੂਲ ਦੀ ਨਵੀਂ ਵਰਦੀ ਦੀ ਕੀਮਤ ਅਰਮਾਨੀ ਦੇ ਇੱਕ ਆਮ ਸੂਟ ਤੋਂ ਦੁੱਗਣੀ ਹੋਵੇਗੀ। ਸਕੂਲ ਦੇ ਪ੍ਰਿੰਸੀਪਲ ਕੋਲੋਂ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਪਹਿਲਾਂ ਹੀ ਪਬਲਿਕ ਸਕੂਲਾਂ ਦੀ ਫੀਸ ਇੰਨੀ ਜ਼ਿਆਦਾ ਹੈ ਕਿ ਬੱਚਿਆਂ ਦੇ ਮਾਪੇ ਫੀਸ ਨੂੰ ਲੈ ਕੇ ਪਹਿਲਾਂ ਹੀ ਬੋਝ ਹੇਠਾਂ ਦੱਬੇ ਹੋਏ ਹਨ, ਤਾਂ ਉੱਥੇ ਹੀ ਤੁਸੀਂ ਪੁਰਾਣੀ ਸਕੂਲੀ ਵਰਦੀ ਦੀ ਥਾਂ ਅਰਮਾਨੀ ਬ੍ਰਾਂਡ ਦੀ ਸਕੂਲੀ ਵਰਦੀ ਲੈਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਰਮਾਨੀ ਦੇ ਇਹ ਸ਼ੋਰੂਮ ਸਕੂਲ ਦੇ ਬਿਲਕੁਲ ਨੇੜੇ ਹੈ, ਜਿਸ ਕਰਕੇ ਉਹਨਾਂ ਨੂੰ ਅਰਮਾਨੀ ਵੱਲੋਂ ਸਕੂਲ ਦੀ ਵਰਦੀ ਲੈਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ 'ਚ ਜਪਾਨ ਦੇ ਸਕੂਲਾਂ ਦੀ ਚਰਚਾ ਰਹੀ ਹੈ, ਕਿਉਂਕਿ ਇੱਥੇ ਛੋਟੇ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਜ਼ਿਆਦਾ ਬੋਲਣ ਅਤੇ ਖਾਣ ਪੀਣ ਦੇ ਤਰੀਕਿਆਂ ਬਾਰੇ ਸਿਖਾਇਆ ਜਾਂਦਾ ਹੈ। ਉੱਥੇ ਪਿਛਲੇ ਕੁਝ ਸਾਲਾਂ ਤੋਂ ਸਕੂਲਾਂ ਵੱਲੋਂ ਵਧਾਈਆਂ ਜਾ ਰਹੀਆਂ ਫੀਸਾਂ ਅਤੇ ਹੋਰਨਾਂ ਖਰਚਿਆਂ ਨੂੰ ਲੈ ਕੇ ਮਾਪਿਆਂ ਵੱਲੋਂ ਸਕੂਲਾਂ ਦੀ ਨਿੰਦਾ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਪਾਰਲੀਮੈਂਟ 'ਚ ਵੀ ਅਰਮਾਨੀ ਦੀ ਇਹ ਵਰਦੀ ਨੂੰ ਲੈ ਕੇ ਚਰਚਾ ਕੀਤੀ ਗਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਅਰਮਾਨੀ ਦੇ ਇੱਕ ਬਿਜ਼ਨਸ ਸੂਟ ਤੋਂ ਕਿਤੇ ਜ਼ਿਆਦਾ ਮਹਿੰਗੀ ਅਰਮਾਨੀ ਬ੍ਰਾਂਡ ਦੀ ਸਕੂਲੀ ਵਰਦੀ ਹੈ। ਜਿੱਥੇ ਬੱਚਿਆਂ ਦੇ ਮਾਪੇ ਸਕੂਲ ਦੀ ਫੀਸ ਅਫੋਰਡ ਨਹੀਂ ਕਰ ਸਕਦੇ, ਉੱਥੇ ਅਰਮਾਨੀ ਦੀ ਕਰੀਬ 50,000 ਰੁਪਏ ਦੀ ਵਰਦੀ ਨੂੰ ਇਹ ਕਿੱਥੇ ਅਫੋਰਡ ਕਰ ਸਕਣਗੇ। ਸਥਾਨਕ ਸਿੱਖਿਆ ਨੇ ਪੱਤਰਕਾਰਾਂ ਨਾਲ ਇਸ ਮੁੱਦੇ ਤੇ ਕਿਹਾ ਹੈ ਕਿ ਸਕੂਲਾਂ ਨੂੰ ਵਰਦੀ ਦੀਆਂ ਕੀਮਤਾਂ ਬਾਰੇ ਸੋਚ ਵਿਚਾਰ ਕਰਨਾ ਚਾਹੀਦਾ ਹੈ, ਜਿਸ ਕਾਰਨ ਬੱਚਿਆਂ ਦੇ ਮਾਪਿਆਂ ਤੇ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਬੋਝ ਨਾ ਪਵੇ। ਉੱਥੇ ਵਿੱਤ ਮੰਤਰੀ ਟਾਰੋ ਆਸੋ, ਜਿਹੜੇ ਕਿ ਸਾਬਕਾ ਫੈਸ਼ਨ ਡਿਜ਼ਾਈਨਰ ਰਹੇ ਹਨ, ਉਹਨਾਂ ਨੇ ਕਿਹਾ ਹੈ ਕਿ ਸਕੂਲ ਦੀ ਵਰਦੀ ਦੀ ਕੀਮਤ ਬਹੁਤ ਜ਼ਿਆਦਾ ਹੈ। ਸੋ ਦੋਸਤੋ, ਹੁਣ ਦੀ ਨਿਊਜ਼ ਖਤਮ ਹੁੰਦੀ ਹੈ ਤਾਂ ਸਾਡਾ ਚੈਨਲ ਇਸ ਫੈਸਲੇ ਦੀ ਬਹੁਤ ਨਿੰਦਾ ਕਰਦਾ ਹੈ, ਕਿਉਂਕਿ ਯੂਨੀਫਾਰਮ ਨੋਰਮਲ ਤਾਂ 1,000 ਰੁਪਏ 2,000 ਰੁਪਏ ਤੱਕ ਹੋਣੀ ਚਾਹੀਦੀ ਹੈ, ਬਟ ਇਹ ਤਾਂ 50,000 ਰੁਪਏ ਬਹੁਤ ਹੀ ਜ਼ਿਆਦਾ ਹੈ। ਬੱਚਿਆਂ ਨੇ ਸਕੂਲ 'ਚ ਪੜ੍ਹਨਾ ਹੈ, ਨਾ ਕਿ ਉਹਨਾਂ ਨੇ ਆਪਣੀ ਯੂਨੀਫਾਰਮ ਨੂੰ ਦੇਖਣਾ ਹੈ। ਸੋ ਦੋਸਤੋ, ਤੁਹਾਨੂੰ ਜਲਦੀ ਤਾਜ਼ੀ ਖਬਰ ਨਾਲ ਮਿਲਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।